ਇਹ ਤਸਵੀਰਾਂ ਸਮਰਾਲਾ ਦੀ ਦਾਣਾ ਮੰਡੀ ਦੀਆਂ ਨੇ ਜਿੱਥੇ 9 ਦਿਨ ਤੋਂ ਕਿਸਾਨ ਆਪਣੀ ਝੋਨੇ ਦੀ ਫਸਲ ਲੈ ਕੇ ਬੈਠੇ ਹੋਏ ਨੇ ਪਰ ਨਾ ਤਾਂ ਖਰੀਦ ਹੋ ਰਹੀ ਹੈ ਤੇ ਨਾ ਹੀ ਖਰੀਦ ਹੋਈ ਫਸਲ ਦੀ ਲਿਫਟਿੰਗ ਤੇਜ਼ ਰਫ਼ਤਾਰ ਦੇ ਨਾਲ ਹੋ ਰਹੀ ਹੈ। ਹਰਮਿੰਦਰ ਸਿੰਘ ਨਿਵਾਸੀ ਪਿੰਡ ਬਰਮਾ ਨੇ ਆਪਣੇ ਹੱਥ ਦੇ ਵਿੱਚ ਝੋਨੇ ਦੀ ਫਸਲ ਫੜ ਕੇ ਦੱਸਿਆ ਹੈ ਕਿ ਮੇਰੇ ਹੱਥ ਦੇ ਵਿੱਚ ਜੋ ਝੋਨੇ ਦੀ ਫਸਲ ਹੈ ਉਹ ਖਰਾਬ ਹੋ ਚੁੱਕੀ ਹੈ। ਇਹ ਫਸਲ ਅਸੀਂ 6 ਮਹੀਨੇ ਪੁੱਤਾਂ ਵਾਂਗ ਪਾਲੀ ਹੈ ਪਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਨਾਕਾਮੀਆਂ ਕਰਕੇ ਅੱਜ ਅਸੀਂ ਪਰੇਸ਼ਾਨ ਹਾਂ। ਦੁਖੀ ਕਿਸਾਨ ਨੇ ਕਿਹਾ ਕਿ ਤਿਉਹਾਰਾਂ ਵਾਲੇ ਦਿਨ ਚੱਲ ਰਹੇ ਨੇ, ਕਿਸਾਨ ਪਰੇਸ਼ਾਨ ਹੈ, ਸੜਕਾਂ 'ਤੇ ਧਰਨੇ ਲਾਏ ਜਾ ਰਹੇ ਹੈ ਪਰ ਸੁੱਤੀਆਂ ਸਰਕਾਰਾਂ ਦਾਅਵੇ ਕਰ ਰਹੀਆਂ ਨੇ ਜਿਨ੍ਹਾਂ ਕਰਕੇ ਅਸੀਂ ਅੱਜ ਪਰੇਸ਼ਾਨ ਹੋ ਰਹੇ ਹਾਂ। ਕਿਸਾਨ ਦੁਖੀ ਨੇ ਅਤੇ ਸਰਕਾਰ ਕੁਝ ਨਹੀਂ ਕਰ ਰਹੀ। ਤੁਹਾਨੂੰ ਦੱਸ ਦਈਏ ਕਿ ਅੱਜ 26 ਅਕਤੂਬਰ ਹੈ ਔਰ ਅੱਜ ਦੁਪਹਿਰ 1 ਵਜੇ ਤੋਂ ਲੈ ਕੇ ਅਣਮਿੱਥੇ ਸਮੇਂ ਲਈ ਕਿਸਾਨਾਂ ਦੇ ਵੱਲੋਂ ਸੜਕਾਂ ਜਾਮ ਕੀਤੀਆਂ ਜਾਣੀਆਂ ਨੇ। ਸੰਗਰੂਰ, ਮੋਗਾ, ਬਟਾਲਾ, ਗੁਰਦਾਸਪੁਰ, ਫਗਵਾੜਾ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਧਰਨਾ ਵਿੱਢਿਆ ਜਾ ਰਿਹਾ ਹੈ। ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੈਂ ਹਰਮਿੰਦਰ ਸਿੰਘ ਆ ਜੀ, ਸਾਨੂੰ ਸੁਰਿੰਦਰ ਸਿੰਘ, ਪਿੰਡ ਬਰਮਾ ਬਿੱਲੀ ਚ। ਮੈਂ ਕਹਿਣਾ ਇਹ ਚਾਹੁੰਦਾ ਵੀ ਮੈਂ ਸਰਕਾਰਾਂ ਨੂੰ ਇਹ ਪੁੱਛਦਾ ਵਾ ਵੀ ਸਾਨੂੰ ਕਾਹਨੂੰ ਗੰਨੇ ਮੰਗੂ ਇਹ ਪੀੜ ਦੇਣ ਘਲਾੜੀ ਚ। ਸੈਂਟਰ ਸਰਕਾਰ ਕਹਿ ਦਿੰਦੀ ਆ ਸਾਡੀ ਜ਼ਿੰਮੇਵਾਰੀ ਨਹੀਂ, ਪੰਜਾਬ ਸਰਕਾਰ ਕਹਿ ਦਿੰਦੀ ਆ ਸਾਡੀ ਜ਼ਿੰਮੇਵਾਰੀ ਨਹੀਂ ਵੀ ਤਾਂ ਸਾਨੂੰ ਵੀ ਪਤਾ ਲੱਗ ਜਾਵੇ ਵੀ ਜ਼ਿੰਮੇਵਾਰੀ ਹੈ ਕਿਹਦੀ। ਸੈਂਟਰ 'ਚ ਜਿਹੜੇ ਨੁਮਾਇੰਦੇ ਬੈਠੇ ਨੇ ਉਹ ਦੇਸ਼ ਚਲਾ ਰਹੇ ਨੇ, ਇੱਕ ਕਿਸਾਨ ਨਹੀਂ ਚਲਾ ਸਕਦੇ ਪੰਜਾਬ ਹਰਿਆਣੇ ਦਾ, ਜਿਹਨੇ 70 ਸਾਲ ਹੋ ਗਏ ਇਹਨਾਂ ਨੇ ਢਿੱਡ ਪਾਲੇ ਨੇ, ਇਹ ਕਿਤੇ ਕੋਠਿਆਂ 'ਤੇ ਬੀਜੀਆਂ ਕਣਕਾਂ ਜੀਰੀਆਂ ਇਹਨਾਂ ਨੇ, ਅਸੀਂ ਆਪਦੀਆਂ ਜ਼ਮੀਨਾਂ ਖਰਾਬ ਕਰ ਲਈਆਂ, ਜ਼ਹਿਰ ਵਾਲੀਆਂ ਕਰ ਲਈਆਂ, ਪਾਣੀ ਨੀਵੇਂ ਕਰ ਲਏ, ਸਾਨੂੰ ਹਲੇ ਵੀ ਪੂਰਾ ਮੁੱਲ ਨਹੀਂ ਮਿਲ ਰਿਹਾ। ਇਹਨਾਂ ਦੀ ਆਪਣੀ ਬਣਾਈ ਹੋਈ ਸਵਾਮੀਨਾਥਨ ਦੀ ਰਿਪੋਰਟ, ਆਪਣੇ ਹੀ ਬੰਦੇ ਬਿਠਾਏ ਹੋਏ, ਆਪਣੇ ਵਾਅਦੇ ਤੋਂ ਮੁੱਕਰ ਗਏ, ਉਹ ਰੇਟ ਦੇ ਨਾਲ ਸਾਨੂੰ ਰੇਟ ਦੇਣ। ਸਮਰਾਲੇ ਦਾਣਾ ਮੰਡੀ ਗੱਲ ਕਰੀਏ, ਤੁਹਾਡੇ ਹੱਥ ਦੇ ਜੀਰੀ ਆ ਜੀਰੀ, ਹਾਂਜੀ ਆ ਜੀਰੀ ਦੇਖ ਲਓ ਜੀ, ਜਗ੍ਹਾ ਹੈ ਨਹੀਂ ਸੀ, ਅੜਤੀ ਆ ਵਿਚਾਰਾ ਕੀ ਕਰੇ, ਜਗ੍ਹਾ ਹੈ ਨਹੀਂ ਸੀ, 5 ਦਿਨ ਹੋ ਫੋਮ ਨਹੀਂ ਹੋਈ, ਉਹਦੇ 'ਚ ਧੂੰਆਂ ਨਿਕਲ ਗਿਆ, ਤੁਸੀਂ ਮੌਕਾ ਦੇਖ ਲਓ, ਤੁਸੀਂ ਦੇਖ ਲਓ ਵੀ ਹੁਣ ਇਹਦਾ ਮੇਰਾ ਕਿੰਨਾ ਘਾਟਾ ਪੈ ਗਿਆ ਇਹਨੂੰ, ਜਿਹੜਾ ਮੇਰਾ ਦਾਣਾ ਸੀ ਮਾੜਾ ਮੋਟਾ ਪੱਕਣ ਵਾਲਾ ਉਹ ਗਲ ਚੁੱਕਾ ਹੈ ਜੀ, ਇਹਦਾ ਮਤਲਬ ਹਜੇ ਕੋਈ ਪਤਾ ਨਹੀਂ ਕਹਿ ਦੇਣ ਕਿ ਨਹੀਂ ਇਹਨਾਂ ਨੇ ਤੋਲਣੀ, ਜੇ ਉੱਤੋਂ ਮੁਕਚਰ ਆਊਗਾ ਤਾਂ ਉਹ ਸੈਲਰ ਵਾਲੇ ਕਹਿ ਦਿੰਦੇ ਅਸੀਂ ਤਾਂ 17 ਤੋਂ ਵੱਧ ਲੈਣੀ ਨਹੀਂ, ਜੇ 17 ਤੋਂ ਵੱਧ ਤਾਂ ਹੈ ਕੋਈ ਟਰੱਕ ਨਿਕਲਿਆ ਗਿਆ ਚੱਕਰ ਲਿਆ ਉੱਥੇ, ਬਾਕੀ ਮੀਟਰ ਇਹਨਾਂ ਦੇ ਅਲੱਗ ਅਲੱਗ ਨੇ, ਆੜਤੀਆਂ ਦਾ ਮੀਟਰ ਕੁਛ ਦੱਸ ਰਿਹਾ, ਸੈਲਰ ਵਾਲਿਆਂ ਦਾ ਮੀਟਰ ਕੁਛ ਦੱਸ ਰਿਹਾ, ਫਿਰ ਇਹ ਕਹਿ ਦਿੰਦੇ ਅਸੀਂ ਕੱਟ ਲਾਵਾਂਗੇ ਤੂੰ ਉੱਥੇ, ਜਦ ਅੱਗੇ 19-20 ਵਾਲੀਆਂ ਤੁਲ ਗਈਆਂ, ਹੁਣ ਐਤਕੀ ਕੀ ਬਿੱਲੀ ਛਿੱਕ ਗਈ, ਸੈਂਟਰ ਕਾਰ ਸੁੱਤੀ ਪਈ ਆ, ਕਿਸਾਨ ਰੁੜ ਰਿਹਾ, ਅਸੀਂ ਨਹੀਂ ਦੇਸ਼ ਦੇ ਬੱਸੀ, ਸੈਂਟਰ ਗੌਰਮੈਂਟ ਸਾਡੀ ਨਹੀਂ ਹੈ, ਇਹ ਇਕੱਲੀ ਕਿਤੇ ਸਰਕਾਰਾਂ ਦੀ ਹੋਈ ਆ ਜਾਂ ਕਾਂਗਰਸ ਦੀ ਜਾਂ ਅਕਾਲੀਆਂ ਦੀ। ਅੱਗੇ ਤਿਉਹਾਰ ਨੇ, ਅੱਗੇ ਤਿਉਹਾਰ ਨੇ, ਅਸੀਂ ਹੁਣ ਦੀਵਾਲੀ ਦੇਖਣੀ ਆ, ਬੱਚੇ ਘਰੇ ਕੱਪੜੇ ਲੀੜੇ ਹੋਰ ਲੈਣੇ ਆ, ਸਾਡੀ ਜੇਬ 'ਚ ਪੈਸਾ ਹੀ ਨਹੀਂ, ਅਸੀਂ ਬਾਜ਼ਾਰ 'ਚ ਕੀ ਲੈਣ ਜਾਵਾਂਗੇ, ਆਧਾਰਾ ਕੌਣ ਦੇ ਤੂੰ ਸਾਨੂੰ, ਇਹ ਦੱਸੋ ਤੁਸੀਂ ਮੈਨੂੰ ਗੱਲ ਹੈਂਜੀ। ਫਿਰ ਬਾਕੀ ਆ ਕੋਈ ਹਰੇਕ ਫਸਲ ਆ ਰੇਟ ਕਿੰਨੇ ਹੋ ਗਏ, ਰਿਓ ਦੇ ਸਪਰੇਹਾਂ ਦੇ, ਜਿਹੜੀ 10 ਰੁਪਏ ਦੀ ਚੀਜ਼ ਇੰਨੀ ਵੱਧ ਗਈ, ਮੁਲਾਜ਼ਮ ਦੀ ਤਨਖਾਹ 350% ਵੱਧ ਗਈ, ਜ਼ਿਮੀਂਦਾਰ ਦੀ 23% ਵਧਾਈ ਆ ਫਸਲ ਹੈਂਜੀ, ਬਾਕੀ ਸਪਰੇਹਾਂ ਦੀ ਉਹ 400 ਤੋਂ ਉੱਤੇ % ਦੇ ਹਿਸਾਬ ਨਾਲ ਜੋੜ ਕੇ ਦੇਖੋ ਤੁਸੀਂ, ਇੰਨਾ ਰੇਟ ਵੱਧ ਗਿਆ, ਜਿਹੜੀ ਕਿਸੇ ਟਾਈਮ 10 ਰੁਪਏ ਦੀ ਸੀ 20 ਰੁਪਏ ਦੀ ਉਹ 400-500 ਦੀ ਹੋ ਗਈ। ਅਤੇ ਹੁਣ ਜੇ ਹਾਲਾਤ ਰਹੇ ਕੀ ਬਣੇ, ਇਹੀ ਹਾਲਾਤ ਰਹੇ ਇਹ ਫਿਰ ਦੇਖ ਲਓ ਤੁਸੀਂ, ਭੁੱਖਮਰੀ ਵੱਧ ਜਾਣੀ ਆ, ਇੱਥੇ ਮਾਰ ਕਟਾਈ ਸ਼ੁਰੂ ਹੋ ਜਾਣੀ ਆ, ਜਦ ਲੋਕਾਂ ਕੋਲ ਪੈਸੇ ਨਹੀਂ ਹੋਣੇ ਲੁੱਟਣਾ ਹੀ ਆ, ਆਹ ਕੱਲ੍ਹ ਦੀ ਗੱਲ ਆ, ਕੋਈ ਬੰਦਾ ਇੱਥੋਂ ਹੀ ਅੰਦਰੋਂ ਸਮਾਨ ਲੈ ਗਿਆ ਚੱਕ ਕੇ, ਆ ਬੰਦੇ ਦਾ ਮੋਬਾਈਲ ਸਾਨੂੰ ਨਹੀਂ ਪਤਾ ਲੱਗਿਆ, ਕੋਲ ਬੈਠਿਆਂ ਨੂੰ ਮਿੰਟ ਲਾਇਆ ਉਹਨੇ। ਪੰਜਾਬ ਪਰ ਸਰਕਾਰ ਸਪੀਕਰ ਆਏ ਸੀ, ਉਹਦਾ ਕਹਿੰਦੇ ਸੀ ਸਾਰੇ ਹਾਲਾਤ ਕਾਬੂ 'ਚ ਨੇ। ਕਾਬੂ ਇੱਥੇ ਮੰਡੀ ਜਾ ਕੇ ਤਾਂ ਦੇਖੋ, ਕੁਰਸੀ 'ਤੇ ਬੈਠ ਕੇ ਥੋੜ੍ਹਾ ਹੁੰਦਾ, ਇੱਕ ਇੱਥੇ ਅਫਸਰ ਆਇਆ ਸੀ ਉਹਨੇ ਢੇਰੀ ਦਾ ਮੁੱਲ ਲਾਤਾ ਵੀ ਇਹਦਾ ਠੀਕ ਆ, ਮੁਕਚਰ ਇਹਨੂੰ ਭਰ ਦਿਉ, ਉਹ ਅਫਸਰ ਦੇ ਕਹੇ 'ਤੇ ਨਹੀਂ, ਇਹਨਾਂ ਨੇ ਭਰੀ ਚੜ੍ਹੀ ਮੰਡੀ ਦੀ ਗੱਲ ਆ ਹੁਣ ਮੇਰੇ ਇੰਨੀ ਫਿਲਹਾਲ ਚੇਤੇ ਨਹੀਂ, ਉਹ ਅਫਸਰ ਦੀ ਸਿਲੈਕਟ ਕਰੀ ਹੋਈ ਢੇਰੀ ਨਹੀਂ ਇਹਨਾਂ ਨੇ ਭਰੀ, ਤੁਸੀਂ ਦੇਖ ਲਓ ਵੀ ਆਹ ਹਾਲਾਤ ਨੇ ਪੰਜਾਬ ਦੇ, ਜੇ ਇਹਨਾਂ ਕੋਲ ਇੰਨਾ ਸਮਾਨ ਨਹੀਂ ਸਾਂਭ ਹੁੰਦਾ ਤਾਂ ਕੰਪਨੀਆਂ ਨੂੰ ਦੇਣ, ਵਾਹਗਾ ਬਾਰਡਰ ਕਾਹਤੇ ਬੰਦ ਕਰਿਆ, ਆਲੂ ਨਹੀਂ ਵਿਕ ਰਹੇ ਹੁਣ 1200 ਦੇ ਉੱਤੇ 1500 ਨੂੰ ਆਲੂ ਹੋਇਆ ਪਿਆ ਵਾ ਹੈਂਜੀ, ਜਦ ਸਾਡੇ ਪੱਟ ਹੋਣੇ ਆ 150 ਨੂੰ ਬੋਰੀ ਹੋ ਜਾਣੀ ਆ, ਇਹ ਕਿਉਂ ਬਾਰਡਰ ਸਾਰੇ ਮੋਦੀ ਸਾਹਿਬ ਦੇ ਬੰਦ ਕੀਤੇ ਹੋਏ ਨੇ।